ਜ਼ਿਲ੍ਹਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਸਰਹਿੰਦ ਵਿਖੇ ਸਮਾਜ ਸੇਵੀ ਨਰੇਸ਼ ਵੈਦ ਦੇ ਸੁਪੁੱਤਰ ਦੀ ਬੇਵਕਤੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਮਨ ਅਤੇ ਕਾਨੂੰਨੀ ਵਿਵਸਥਾ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਲੋਕਾਂ ਤੇ ਅਤਿਆਚਾਰ ਕਰ ਰਹੀ ਹੈ ਤਾਂ ਕਾਨੂੰਨ ਕਿਵੇਂ ਕਾਇਮ ਰਹਿ ਸਕਦਾ ਹੈ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਮੰਤਰੀ ਦਾ ਅਹੁਦਾ ਨਾ ਸੰਭਾਲਣ ਤੇ ਕਿਹਾ ਕਿ ਬਿਜਲੀ ਅਹਿਮ ਵਿਭਾਗ ਹੈ, ਇਸ ਕਰਕੇ ਕਿਸੇ ਮੰਤਰੀ ਨੂੰ ਆਪਣਾ ਅਹੁਦਾ ਨਾ ਸੰਭਾਲਣ ਤੇ ਸਰਕਾਰ ਦੀ ਨਾਕਾਮੀ ਸਾਬਤ ਹੁੰਦੀ ਹੈ। ਦੂਜੇ ਪਾਸੇ ਉਹਨਾਂ ਨੇ ਕੈਪਟਨ ਸਰਕਾਰ ਤੇ ਤੰਜ ਕੱਸਦੇ ਫਤਿਹਵੀਰ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਇਸ ਮਾਮਲੇ ਤੇ ਵੀ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਅਤੇ ਬੱਚੇ ਦੀ ਹੋਈ ਮੌਤ ਤੋਂ ਬਾਅਦ ਵੀ ਸਰਕਾਰ ਸੂਬੇ 'ਚ ਖੁੱਲੇ ਬੋਰਵੈਲ ਬੰਦ ਕਰਵਾਉਣ 'ਚ ਨਾਕਾਮ ਸਾਬਤ ਹੈ। ਅੱਜ ਬੜਾ ਅਫਸੋਸ ਆ ਕਿ ਨਰੇਸ਼ ਵੈਦ ਜੀ, ਜੋ ਬਹੁਤ ਹੀ ਸੋਸ਼ਲ ਵਰਕਰ ਵੀ ਨੇ, ਇੰਪਲਾਈਜ ਬੈਂਕਿੰਗ ਐਸੋਸੀਏਸ਼ਨ ਦੇ ਪੰਜਾਬ ਦੇਸ਼ ਭਰ ਦੇ ਜਨਰਲ ਸੈਕਟਰੀ ਵੀ ਨੇ, ਉਹਨਾਂ ਦੇ ਬੇਟੇ ਦੀ ਅਚਾਨਕ ਸੜਕ ਹਾਦਸੇ 'ਚ ਕੱਲ੍ਹ ਮੌਤ ਹੋਈ। ਉਹਦੇ ਨਾਲ ਦੁੱਖ ਸਾਂਝਾ ਕਰਨ ਲਈ ਮੈਂ ਇੱਥੇ ਪਹੁੰਚਿਆ ਸੀ, ਕਿਉਂਕਿ ਸਮਾਜ ਵਿੱਚ ਵਿਚਰਨ ਵਾਲਾ ਪਰਿਵਾਰ ਆ, ਬਹੁਤ ਵੱਡੀ ਸੱਟ ਵੱਜੀ ਹੈ। ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਿਵਾਰ ਦੇ ਸੁੱਖ ਵਿੱਚ ਸ਼ਾਮਲ ਹੋਏ। ਜਿਸ ਤਰ੍ਹਾਂ ਕਾਂਗਰਸੀ ਕੌਂਸਲਰ ਨੇ ਇੱਕ ਲੇਡੀ ਨੂੰ ਕੁੱਟਮਾਰ ਕੀਤੀ, ਸ਼ਰੇਆਮ ਧੱਕਾ ਦਿੱਤਾ, ਔਰ ਇਸ ਕਿਸਮ ਦਾ ਕਾਨੂੰਨ ਆਪਣੇ ਹੱਥਾਂ ਵਿੱਚ ਲੈਣਾ ਇੱਕ ਨਹੀਂ, ਅਨੇਕਾਂ ਘਟਨਾਵਾਂ ਕਾਂਗਰਸੀ ਕਰਦੇ ਨੇ। ਔਰ ਮੈਂ ਸਮਝਦਾ ਕਿ ਔਰਤ ਜਾਤੀ ਦਾ ਅਪਮਾਨ ਵੀ ਆ, ਔਰ ਕਾਂਗਰਸ ਦੇ ਰਾਜ ਦੇ ਵਿੱਚ ਲਾਲ ਲੈਸਨੈਸ ਦੀ ਵੀ ਇਹ ਸਿੱਧੀ ਮਤਲਬ ਐਗਜੈਂਪਲ ਦਿੱਤੀ ਜਾ ਸਕਦੀ ਹੈ। ਔਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਕਾਂਗਰਸੀਆਂ ਨੇ ਮਤਲਬ ਅਪਹੁਦਰੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ, ਕਾਨੂੰਨ ਆਪਣੇ ਹੱਥ ਵਿੱਚ ਲੈਣਾ ਸ਼ੁਰੂ ਕੀਤਾ, ਪੰਜਾਬ ਦੇ ਹਾਲਾਤ ਖਰਾਬ ਕਰਨਗੇ, ਕਿਉਂਕਿ ਪੰਜਾਬ ਦਾ ਵਾਲੀ ਵਾਰ ਸੀ ਕੋਈ ਨਹੀਂ। ਅੱਜ ਸਭ ਤੋਂ ਅਹਿਮ ਮਹਿਕਮਾ ਬਿਜਲੀ ਦਾ, ਬਿਜਲੀ ਦੇ ਮਹਿਕਮੇ ਦਾ ਕੋਈ ਮੰਤਰੀ ਹੈ ਨਹੀਂ, ਬਿਨਾਂ ਮੰਤਰੀ ਤੋਂ ਮਹਿਕਮਾ ਚੱਲ ਰਿਹਾ। ਅੱਜ ਗਰਮੀ ਦੀ ਸੀਜ਼ਨ ਆ, ਝੋਨੇ ਦਾ ਸੀਜ਼ਨ ਆ, ਔਰ ਪਲ ਪਲ ਲਈ ਬਿਜਲੀ ਦੀ ਜ਼ਰੂਰਤ ਆ, ਅਤੇ ਐਸੇ ਸਮੇਂ ਮੰਤਰੀ ਹੋਣਾ ਹੀ ਨਾ ਕਿਸੇ ਮਹਿਕਮੇ ਦਾ ਪੋਰਟਫੋਲੀਓ ਦੇ ਵਿੱਚ, ਮਤਲਬ ਸਰਕਾਰ ਦੀ ਗੈਰ ਸੰਜੀਦਗੀ ਲਾਪਰਵਾਹੀ ਦੀ ਨਿਸ਼ਾਨੀ ਹੁੰਦੀ ਹੈ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀਵੀ, NRI।